ਆਮ ਆਦਮੀ ਪਾਰਟੀ ਨੇ ਬਰਨਾਲਾ ਤੋਂ ਨੌਜਵਾਨ ਵਿਧਾਇਕ ਮੀਤ ਹੀਰ ਨੂੰ ਨੌਜਵਾਨਾਂ ਦੀ ਅਗਵਾਈ ਕਰਨ ਵਾਸਤੇ ਜ਼ਿੰਮੇਵਾਰੀ ਦਿੱਤੀ ਹੈ ਇਸ ਸਮੇਂ ਸਾਡੇ ਨਾਲ ਮੀਤ ਹੀਰ ਮੀਤ ਹੀਰ ਇਹ ਜਿਹੜੀ ਨਿਯੁਕਤੀ ਆ ਲੋਕ ਮਹਿਸੂਸ ਕਰਦੇ ਨੇ ਕਿ ਨੌਜਵਾਨ ਚਿਹਰਾ ਹੈਗਾ ਤੇ ਨੌਜਵਾਨਾਂ ਦੀ ਚੋਣਾਂ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਆ ਵੋਟਾਂ ਬਣਾਉਣ ਤੋਂ ਲੈ ਕੇ ਤੇ ਪੋਲਿੰਗ ਬੂਥਾਂ ਤੱਕ ਛੱਡਣ ਵਾਸਤੇ ਕਿਵੇਂ ਜੋੜੋਗੇ ਨੌਜਵਾਨਾਂ ਨੂੰ ਜਕਤਾਰ ਜੀ ਸਾਡੀ ਪਾਰਟੀ ਦੇ ਵਿੱਚ ਤਾਂ ਮੈਂ ਸਮਝਦਾ ਇਹ ਔਰ ਵੀ ਵੱਡੀ ਜਿਹੜੀ ਰਿਸਪੌਂਸਿਬਿਲਟੀ ਹੈ ਕਿਉਂਕਿ ਆਮ ਆਦਮੀ ਪਾਰਟੀ ਹੈ ਜਿਹੜੀ ਇੱਕ ਨਾ ਸੰਘਰਸ਼ ਚੋਂ ਨਿਕਲੀ ਹੋਈ ତਰਾ ਤੇ ਇਹ ਸੰਘਰਸ਼ ਨੇ ਜਿਹੜੇ ਉਹ ਚੱਲਦੇ ਸੀ ਨੌਜਵਾਨਾਂ ਦੇ ਸਿਰ ਤੇ ਆ ਸੋ ਸਾਡੀ ਪਾਰਟੀ ਤਾਂ ਜਿਹੜੀ ਰੀੜ ਦੀ ਹੱਡੀ ਹੈ ਬਸ ਤਾਂ ਹਰ ਇੱਕ ਪਾਰਟੀ ਚ ਜਿਹੜੇ ਨੌਜਵਾਨ ਰੀੜ ਦੀ ਹੱਡੀ ਹੁੰਦੇ ਆ ਪਰ ਸਾਡੀ ਪਾਰਟੀ ਦੇ ਵਿੱਚ ਜਿਹੜਾ ਇਹਦਾ ਯੋਗਦਾਨ ਬਹੁਤ ਵੱਡਾ ਹੈ ਕਿਉਂਕਿ ਪਿਛਲੀ ਵਾਰ ਵੀ ਸਾਡੀ ਪਾਰਟੀ ਨੇ ਨੌਜਵਾਨਾਂ ਨੂੰ ਬਹੁਤ ਨੂੰ ਮੌਕਾ ਦਿੱਤਾ ਤੇ ਮੈਂ ਉਹਦਾ ਹੀ ਤੁਹਾਡੇ ਸਾਹਮਣੇ ਜਿਹੜਾ ਰਿਜ਼ਲਟ ਢਾਂਗਾ ਤੇ ਹੁਣ ਵੀ ਕਿਉਂਕਿ ਸਾਡੀ ਹਜੇ ਵੀ ਮੈਂ ਮੰਨਦਾ ਕਿ ਇੱਕ ਸੰਘਰਸ਼ ਹੈ ਜਿਹੜਾ ਉਹ ਹਜੇ ਵੀ ਚੱਲ ਰਿਹਾ ਇਹ ਪਾਰਟੀ ਹਜੇ ਵੀ ਕਿ ਸੰਘਰਸ਼ ਹੈ ਸੋ ਬੜੀ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਉਹਨਾਂ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਦੇਖੋ ਇਹ ਚ ਕੋਈ ਦੋ ਰਾਜਨੀਤੀ ਅੱਜ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਦੋਨੇ ਪਾਰਟੀਆਂ ਤੋਂ ਹਿਤਾਸ਼ ਨੇ ਭਾਵੇਂ ਉਹ ਅਕਾਲੀ ਦਲ ਹੈ ਭਾਵੇਂ ਉਹ ਕਾਂਗਰਸ ਹੈ ਭਾਵੇਂ ਜਿਹੜੀ ਉਹਨਾਂ ਦੀ ਗਠਜੰਬਦਨ ਵਾਲੀ ਪਾਰਟੀਆਂ ਜਿਨੇ ਆ ਪੰਜਾਬ ਦੀ ਪਿੱਟੇ ਛੁਰਾ ਮਾਰਿਆ ਹੁਣੇ-ਹੁਣੇ ਭਾਜਪਾ ਸੋ ਉਹ ਪੜੇ ਲਿਖੇ ਆ ਉਹਨਾਂ ਨੂੰ ਸਾਰਾ ਪਤਾ ਹੈ ਵੀ ਕੀ ਕੀ ਪੁਰਾਣੇ ਸਮਿਆਂ ਦੇ ਵਿੱਚ ਚਾਹੇ ਕਾਲੀਆਂ ਦੀ ਸਰਕਾਰ ਸੀ ਚਾਹੇ ਹੁਣ ਮੌਜੂਦਾ ਕੈਪਟਨ ਦੀ ਸਰਕਾਰ ਹੈ ਇਹ ਕਿਸ ਤਰ੍ਹਾਂ ਕੇਵਲ ਵੋਟਾਂ ਦੇ ਟਾਈਮ ਵਾਅਦੇ ਕਰਦੀਆਂ ਨੇ ਨੌਜਵਾਨਾਂ ਦੇ ਨਾਲ ਵੀ ਹਰ ਵਰਗ ਦੇ ਨਾਲ ਪਰ ਵੋਟਾਂ ਤੋਂ ਬਾਅਦ ਨਾਲ ਲੋਕ ਏਜੰਡੇ ਤੇ ਆਉਂਦੇ ਇਹਨਾਂ ਦੇ ਨਾ ਕਿਸਾਨ ਏਜੰਡੇ ਤੇ ਆਉਂਦੇ ਇਹਨਾਂ ਨੌਜਵਾਨ ਏਜੰਡੇ ਤੇ ਆਉਂਦੇ ਵਾਅਦੇ ਵਾਅਦੇ ਹੀ ਰਹਿ ਜਾਂਦੇ ਆ ਸੋ ਅੱਜ ਉਹ ਪੰਜਾਬ ਦੇ ਨੌਜਵਾਨ ਸਭ ਕੁਝ ਜਾਣ ਚੁੱਕੇ ਆ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਇਹਨਾਂ ਨੇ ਵਪਾਰ ਵਧਾਇਆ ਆ ਆਪਣੇ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਇਹਨਾਂ ਨੇ ਕੁਸ਼ਕ ਕਿਲੇ ਜ਼ਮੀਨਾਂ ਤੋਂ 7 17 ਹੋਟਲ ਪਾਲੇ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਝੂਠੀਆਂ ਸੌਆਂ ਕਾ ਕੇ ਤੇ ਸਰਕਾਰਾਂ ਬਣਦੀਆਂ ਨੇ ਝੂਠੇ ਵਾਅਦੇ ਕੰਦਾ ਤੇ ਲਿਖੇ ਜਾਂਦੇ ਆ ਸੋ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਨੱਕ ਚੁੱਕਿਆ ਅੱਜ ਪੰਜਾਬ ਦਾ ਨੌਜਵਾਨ ਬੜਾ ਅਵੇਅਰ ਆ ਉਹ ਬਦਲਾਅ ਚਾਹੁੰਦਾ ਤੇ ਉਹ ਇਹ ਵੀ ਦੇਖਦਾ ਵੀ ਦਿੱਲੀ 'ਚ ਯਾਰ ਤੀਜੀ ਵਾਰੀ ਸਰਕਾਰ ਆਈ ਆ 17 ਚੋਂ 63 ਸੀਟਾਂ ਆਈਆਂ ਨੇ ਤੇ ਉਹ ਇਹ ਵੀ ਦੇਖਦਾ ਵੀ ਯਾਰ ਕੇਜਰੀਵਾਲ ਉਹ ਇਦਾਂ ਦਾ ਲੀਡਰ ਹੈ ਜਿਹਨੇ ਕਿਹਾ ਵੀ ਦਿੱਲੀ ਦੇ ਲੋਕੋ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਓ ਨਹੀਂ ਨਾ ਪਾਓ ਸੋ ਇਹ ਆਪ ਦਾ ਜਿਹੜਾ ਨੌਜਵਾਨ ਨੂੰ ਜਿਆਦਾ ਚੋਣਾਂ ਨੂੰ ਨਾ ਰੌਣਕ ਮੇਲੇ ਦੇ ਤੌਰ ਤੇ ਦੇਖਦਾ ਹਮੇਸ਼ਾ ਗੁੰਮ ਜਾਂਦਾ ਹੈਗਾ ਜਾਂ ਹਾਸ਼ੀਏ ਤੇ ਚਲਾ ਜਾਂਦਾ ਹੈਗਾ ਜਗਤਾਰ ਜੀ ਜਿਹੜੇ ਅੱਜ ਸੰਘਰਸ਼ ਚੱਲ ਰਹੇ ਆ ਜਿਹੜੇ ਅੱਜ ਪਟੜੀਆਂ ਤੇ ਲੋਕ ਬੈਠੇ ਆ ਜਿਹੜੇ ਟੋਲ ਪਲਾਜ਼ਿਆਂ ਤੇ ਬੈਠੇ ਆ ਜਿਹੜੇ ਪੰਪ ਘੇਰੀ ਬੈਠੇ ਆ ਸੜਕਾਂ ਤੇ ਤੁਸੀਂ ਉਹਨਾਂ ਚ ਜਾ ਕੇ ਦੇਖੋ ਪਹਿਲਾਂ ਨਾ ਜਦੋਂ ਕਿਉਂਕਿ ਮੇਰਾ ਜ਼ਿਲ੍ਹਾ ਬਰਨਾਲਾ ਕਿਸਾਨ ਜੱਥੇਬੰਦੀਆਂ ਸਭ ਤੋਂ ਜ਼ਿਆਦਾ ਸਰਗਰਮ ਉੱਥੇ ਆ ਮੈਂ ਛੋਟੇ ਹੁੰਦੇ ਤੋਂ ਬਚਪਨ ਤੋਂ ਦੇਖਦਾ ਰਿਹਾ ਵੀ ਉਹ ਜਿਹੜੇ ਟਰਾਲੀਆਂ ਤੇ ਜਾਂਦੇ ਹੁੰਦੇ ਸੀ ਨਾ ਸਾਡੇ ਕਿਸਾਨ ਸਾਡੇ ਬਜ਼ੁਰਗ ਉਹਨਾਂ ਚ ਕੇਵਲ ਬਜ਼ੁਰਗ ਹੁੰਦੇ ਸਾਰੇ ਚਿੱਟੀਆਂ ਦਾੜ੍ਹੀਆਂ ਵਾਲੇ ਮੈਂ ਪਹਿਲੀ ਵਾਰੀ ਦੇਖਿਆ ਕਿ ਉਹਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ 80% ਜਿਹੜੇ ਨੌਜਵਾਨ ਨੇ ਅੱਜ ਜਿਹੜੇ ਉਹ ਨੌਜਵਾਨ ਸੜਕਾਂ ਤੇ ਬੈਠੇ ਆ ਉਹ ਰੌਣਕ ਮੇਲੇ ਲਈ ਨਹੀਂ ਬੈਠੇ ਉਹ ਚਿੰਤਤ ਨੌਜਵਾਨ ਹੈ ਜਿਹੜਾ ਪੰਜਾਬ ਦਾ ਜਿਹਨੂੰ ਪਤਾ ਹੈ ਵੀ ਇਹ ਲੜਾਈ ਆਰ ਪਾਰ ਦੀ ਹੈ ਵੀ ਇਹ ਲੜਾਈ ਜਿਹੜੇ ਸਾਡੇ ਬਜ਼ੁਰਗ ਲੜਦੇ ਆਉਂਦੇ ਸੀ ਉਹਨਾਂ ਨੂੰ ਤਾਂ ਐਮਐਸਪੀ ਮਿਲਦੀ ਸੀ ਉਹਨੂੰ ਪਤਾ ਹੈ ਵੀ ਮੇਰੇ ਬਜ਼ੁਰਗਾਂ ਦੀ ਜ਼ਮੀਨ ਜਿਹਨੂੰ ਸਾਡੇ ਦਾਦੇ ਪਰਦਾਦੇ ਬੋਂਦੇ ਰਿਹਾ ਉਹਨੂੰ ਸਾਡੇ ਤੋਂ ਖੋਹਣ ਦੀ ਲੜਾਈ ਹੈ ਸੋ ਅੱਜ ਪੰਜਾਬ ਦਾ ਨੌਜਵਾਨ ਬੜਾ ਚਿੰਤਤ ਹੈ ਬੜਾ ਉਹ ਸੀਰੀਅਸ ਸੀਰੀਅਸ ਐ ਇਸ ਗੱਲ ਨੂੰ ਲੈ ਕੇ ਕੋਈ ਐਸੀ ਗੱਲ ਨਹੀਂ ਵੀ ਰੌਣਕ ਮੇਲਾ ਉਹ ਇਸ ਚੀਜ਼ ਨੂੰ ਸਮਝਦੇ ਆ ਵੀ ਮੌਕਾ ਸਾਡੇ ਕੋਲੇ ਬਹੁਤੇ ਨਹੀਂ ਹੈਗੇ ਪੰਜਾਬ ਬਹੁਤ ਪੋਲਿਟਿਕਸ ਦੀ ਜਿਹੜੀ ਮੁੱਖ ਧਾਰਾ ਚਾਉਣਾ ਚੀਦਾ ਉੱਥੇ ਕਿਤੇ ਨਾ ਕਿਤੇ ਮਾਰ ਪੈ ਜਾਂਦੀ ਹੈ ਉੱਥੋਂ ਨੌਜਵਾਨ ਜਾਂ ਵੱਡੀਆਂ ਪਾਰਟੀਆਂ ਉਹ ਹਾਸ਼ੀਏ ਤੇ ਧੱਕ ਦਿੰਦੀਆਂ ਜਾਂ ਉਹਨਾਂ ਨੂੰ ਲੱਗਦਾ ਬਸ ਇਹ ਦਰਿਆ ਬਚਾਉਣ ਕੁਰਸੀਆਂ ਇਕੱਠੀਆਂ ਕਰਨ ਤਾਂ ਕਿ ਉਹ ਹੀ ਕਹਿ ਰਹੇ ਆ ਕਿਉਂਕਿ ਉਹਨਾਂ ਨੂੰ ਵਰਤੇ ਹੀ ਉਸ ਤਰ੍ਹਾਂ ਗਿਆਗਾ ਕਾਲੀ ਦਲ ਦੀ ਐ ਸਟੂਡੈਂਟ ਆਰਗੇਨਾਈਜੇਸ਼ਨ ਆ ਕਾਂਗਰਸ ਦੀ ਐ ਉਹਦੇ ਚੋਂ ਕਰਦੇ ਕੀ ਨੇ ਵੀ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਮੁੰਡਿਓ ਬੂਤ ਕੈਚਰਿੰਗ ਕਰਨੀ ਹੈ ਬਸ ਜਦ ਤਨ ਵੋਟਾਂ ਹੋਈਆਂ ਤੁਹਾਨੂੰ ਉਹ ਕੰਮ ਹੈ ਤੁਸੀਂ ਕੱਟ ਕਰਨਾ ਹੈ ਜਿੰਦਾਬਾਹ ਨਾਰੇਬਾਹ ਜਿੰਦਾਬਾਹ ਮਰਦਾਬਾਹ ਕਰਨਾ ਹੈ ਉਹਨਾਂ ਨੂੰ ਕਦੇ ਫਰੰਟ ਤੇ ਲਿਆ ਕੇ ਇਹ ਅਹਿਸਾਸ ਕਰਵਾਇ ਨਹੀਂ ਗਿਆ ਵੀ ਭਾਈ ਤੂੰ ਵੀ ਲੀਡਰ ਬਣ ਸਕਦਾ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜੇ ਇਹ ਆਮ ਨੌਜਵਾਨ ਆ ਗਏ ਫਿਰ ਸਾਡੇ ਮੁੰਡਿਆਂ ਨੂੰ ਚੇਅਰਮੈਨ ਨਹੀਂ ਕੌਣ ਦੇਉ ਸਾਡੇ ਮੁੰਡਿਆਂ ਕੇ ਕੁਰਸੀਆਂ ਤੇ ਕਿਵੇਂ ਬੈਠਣਗੇ ਪੰਜਾਬ ਦੇ ਨੌਜਵਾਨ ਨੂੰ ਤਾਂ ਕਦੇ ਲੀਡਰ ਬਣਦਾ ਮੌਕਾ ਦਿੱਤੇ ਹੀ ਨਹੀਂ ਗਿਆ ਉਹਨਾਂ ਤੱਕ ਵਾਈ ਕਰਨ ਦਾ ਕੋਈ ਮੌਕਾ ਦਿੱਤਾ ਹੀ ਨਹੀਂ ਗਿਆ ਸੋ ਆਮ ਆਦਮੀ ਪਾਰਟੀ ਅਸੀਂ ਸਾਰੇ ਤੁਹਾਡੇ ਰਹੀ ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿੰਨਾ ਟਾਈਮ ਆਮ ਘਰਾਂ ਦੇ ਧੀਆ ਪੁੱਤ ਅੱਗੇ ਨਹੀਂ ਨਾ ਲੱਗਦੇ ਜਿੰਨਾ ਟਾਈਮ ਜਿਨ੍ਹਾਂ ਨੂੰ ਅੱਜ ਦਰਦ ਹੈ ਪੰਜਾਬ ਦੀ ਕਿਸਾਨੀ ਦਾ ਜਿਨ੍ਹਾਂ ਨੂੰ ਅੱਜ ਇਸ ਚੀਜ਼ ਦਾ ਦਰਦ ਹੈ ਵੀ ਪੰਜਾਬ ਨੂੰ ਕਿਸ ਤਰ੍ਹਾਂ ਜਿੰਨਾ ਲੁੱਟਿਆ ਕਿੱਡਾ ਮੀਰ ਵਿਰਸਾ ਜਿਸ ਨੂੰ ਤਬਾਹ ਕਰਕੇ ਰੱਖਤਾ ਕਿੱਡਾ ਮੀਰ ਸਾਡਾ ਸੂਬਾ ਸੀਗਾ ਜਿਨ੍ਹਾਂ ਲੋਕਾਂ ਨੂੰ ਗਰਾਊਂਡ ਤੇ ਰਹਿੰਦੇ ਆ ਪੰਜਾਬ ਦੀ ਅਸਲੀਅਤ ਦਾ ਪਤਾ ਜਿੰਨਾ ਟਾਈਮ ਉਹ ਅੱਗੇ ਨਹੀਂ ਆਉਂਦੇ ਕਿਉਂਕਿ ਆਪਦੇ ਮਰੇ ਬਿਨਾ ਸਵਰਗ ਨਹੀਂ ਦੇਖਿਆ ਜਾਣਾ ਜਿਹੜੇ ਪੰਜਾਬ ਨੂੰ ਲੁੱਟਦੇ ਰਹੇ ਕਰ ਕਰਕੇ ਟਰੈਕਟਰ ਮਾਰਚ ਕੱਟ ਕੱਟ ਕੇ ਜੋ ਮਰਜ਼ੀ ਦਾ ਵੇ ਕਰੀ ਜਾਣ ਇਹ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਇਹ ਪੰਜਾਬ ਨੂੰ ਬਦਲ ਨਹੀਂ ਸਕਦੇ ਬਦਲਣਾ ਪਊ ਤਾ ਆਮ ਘਰਾਂ ਦੇ 3 ਪੁੱਤ ਜਦੋਂ ਅੱਗੇ ਆਉਣਗੇ ਉਹਨਾਂ ਨੂੰ ਬਦਲਣਾ ਪਊ ਆਮ ਘਰਾਂ ਦੇ 3 ਪੁੱਤ ਅੱਗੇ ਆਉਂਦੇ ਨੇ ਉਹ ਸੋਹਣੇ ਸੋਹਣੇ ਲੱਗਦੇ ਨੇ ਚਿੱਟੇ ਕੁਰਤੇ ਪਜਾਮੇ ਪਾ ਕੇ ਆਉਂਦੇ ਪਰ ਮਸਲਾ ਵੋਟਾਂ ਬਹੁਤ ਮਹਿੰਗੀਆਂ ਹੋ ਗਈਆਂ ਨਾ ਜੀ ਕੁਰਤਾ ਪਜਾਮਾ ਪਾ ਕੇ ਆ ਰਹੇ ਮੁੰਡੇ ਜੁੜ ਰਹੇ ਹੁੰਦੇ ਨੇ ਪਰ ਮਸਲਾ ਟਿਕ ਟਿਕ ਆਉਣ ਦੋ ਜੇ ਟਿਕ ਟਿਕ ਦਿੱਤੀ ਤੇ ਲੜੂਗਾ ਕਿਵੇਂ ਮੇਰੇ ਕੁਰਤਾ ਪਜਾਮਾ ਵੀ ਨਹੀਂ ਪਾਇਆ ਤੇ ਜਿਹੜਾ ਮੇਰੇ ਵਿਰੁੱਧ ਕੈਂਡੀਡੇਟ ਸੀ ਉਹ ਸੈਕੰਡ richest ਕੈਂਡੀਡੇਟ ਸੀ ਪੰਜਾਬ ਦਾ ਹਨਾ ਤੁਸੀਂ ਜਾਣਦੇ ਹੋ ਕਾਂਗਰਸ ਤੋਂ ਜਿਹੜੇ ਸੀਗੇ ਹਨਾ ਸੋ ਮੇਰੇ ਨਾਲ ਸਾਰੇ ਨੌਜਵਾਨ ਸਾਡੇ ਹਲਕੇ ਦੇ ਤੋਰੇ ਉਹਨਾਂ ਨਾਲ ਸਾਥ ਦਿੱਤਾ ਮੀਤੇਰ ਕਰਮਾ ਵਾਲੇ ਲੱਕੀ ਨਹੀਂ ਹੋ ਸਕਦੇ ਨਹੀਂ ਮੀਤਹੇਰ ਕਿਸੇ ਸਿਆਸੀ ਪਰਿਵਾਰ ਦਾ ਨਹੀਂ ਸੀ ਮੀਤਹੇਰ ਦੇ ਘਰੋਂ ਕਦੇ ਕੋਈ ਸਰਪੰਚੀ ਦੀ ਇਲੈਕਸ਼ਨ ਵੀ ਨਹੀਂ ਲੜਿਆ ਮੈਂ ਵੀ ਆਮ ਕਰਦਾ ਸੀ ਮੈਂ ਗਰਾਊਂਡ ਤੇ ਜੁੜਿਆ ਹੋਇਆ ਸੀ ਮੈਂ ਉਹੀ ਕਹਿਣਾ ਅੱਜ ਬੜੇ ਨੌਜਵਾਨ ਨੇ ਪੰਜਾਬ ਦੇ ਵਿੱਚ ਜਿਹੜੇ ਗਰਾਊਂਡ ਤੇ ਜੁੜੇ ਹੋਏ ਆ ਜਿਹੜੇ ਪੰਜਾਬ ਦੀ ਹਾਲਾਤ ਨੂੰ ਸਮਝਦੇ ਆ ਅਸੀਂ ਸਾਰੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਮ ਆਦਮੀ ਪਾਰਟੀ ਦੇ ਨਾਲੋਂ ਪੰਜਾਬ ਦੇ ਨੌਜਵਾਨ ਕੋ ਚੰਗਾ ਪਲੇਟਫਾਰਮ ਨਹੀਂ ਹੈਗਾ ਇਹ ਉਹ ਪਾਰਟੀ ਹੈ ਜਿਹੜੇ ਨੌਜਵਾਨਾਂ ਨੂੰ ਮੌਕਾ ਵੀ ਦਿੰਦੀ ਹੈ ਤੇ ਜਿਹੜੀ ਕਹਿਣੀ ਤੇ ਕਰਨੀ ਦੀ ਪੂਰੀ ਵੀ ਹੈ ਜਿੱਥੇ ਤੁਸੀਂ ਆਪ ਦੀ ਆ ਕੇ ਗੱਲ ਰੱਖੋਗੇ ਤੁਹਾਡੀ ਸੁਣੀ ਵੀ ਜਾਊਗੀ ਸੋ ਪੰਜਾਬ ਦੇ ਨੌਜਵਾਨ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਨਾਲ ਚੱਲਣਗੇ ਵੀ ਐਤਕੀ ਜਿਹੜੇ ਰਵਾਇਤੀ ਪਰਿਵਾਰ ਜਿਹੜੇ ਪੰਜਾਬ ਨੂੰ ਲੁੱਟਦੇ ਰਹੇ ਆ ਉਹਨਾਂ ਨੂੰ ਆਮ ਘਰਾਂ ਦੇ ਧੀਆਂ ਪੁੱਤੀ ਐਤਕੀ ਸੀਟਾਂ ਤੋਂ ਲਾਂਬੇ ਕਰਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਉਣਗੇ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ ਹੈਗੇ ਨੇ ਬਹੁਤ ਸਾਰੇ ਸਿੰਗਰਾਂ ਨੇ ਆ ਕੇ ਮੰਚ ਤੇ ਇਕੱਠੇ ਹੋ ਨੇ ਆਵਾਜ਼ ਬੁਲੰਦ ਕੀਤੀ ਕਿ ਅਸੀਂ ਸਿੰਗਰ ਬਾਅਦ ਚ ਪਹਿਲਾਂ ਪੰਜਾਬੀਆਂ ਪਹਿਲਾਂ ਕਿਸਾਨੀ ਹੈਗੇ ਆ ਉਹਨਾਂ ਨੂੰ ਸੁਣਨ ਵਾਸਤੇ ਨੌਜਵਾਨ ਵੀ ਆਉਂਦਾ ਰਹੇ ਤੇ ਹੁਣ ਉਹ ਜਿਹੜੇ ਸਿੰਗਰ ਉਹ ਪਰੇਸ਼ਾਨ ਹੋ ਗਏ ਨੇ ਉਹਨਾਂ ਨੂੰ ਖਦਸ਼ਾ ਕਿ ਸੈਂਟਰ ਸਰਕਾਰ ਕਿਤੇ ਈਡੀ ਸਾਡੇ ਦਿਵਾਲੇ ਉਹਨੇ ਕਰਦੇ ਹੈਗੇ ਉਹ ਕੱਲ ਕੈਪਟਨ ਮਰਿੰਦਰ ਸਿੰਘ ਨੂੰ ਮਿਲੇ ਨੇ ਬਹੁਤ ਸਾਰੇ ਨਾਮੀ ਸਿੰਗਰ ਕਿਵੇਂ ਦੇਖਦੇ ਆਗੇ ਜੇ ਸਿੰਗਰ ਜਾਂ ਨੌਜਵਾਨ ਤਬਕਾ ਜੁੜਦਾ ਹੈਗਾ ਉਹਨਾਂ ਨੂੰ ਇਹ ਵੀ ਡਰਾਵਾ ਦਿੱਤਾ ਜਾ ਰਿਹਾ ਹੈਗਾ ਦੇਖੋ ਮੈਨੂੰ ਨਹੀਂ ਪਤਾ ਵੀ ਕਿਹੜੇ ਸਿੰਗਰ ਨੇ ਜਿਹੜੇ ਉਹ ਮਿਲੇ ਨੇ ਪਰ ਜਿਹੜੇ ਸਿੰਗਰ ਵੀ ਉੱਥੇ ਸੰਘਰਸ਼ਾਂ ਦੇ ਵਿੱਚ ਆਉਂਦੇ ਰਹੇ ਆ ਮੈਂ ਉਹਨਾਂ ਦੀ ਵੀ ਸ਼ਲਾਘਾ ਕਰਦਾ ਚਲੋ ਆਇਆ ਤਾਂ ਸਹੀ ਜਿਨ੍ਹਾਂ ਜਿਨ੍ਹਾਂ ਦੇ ਉਹ ਖਾੜੇ ਲਾ ਲਾ ਕੇ ਜਿੱਥੋਂ ਪੈਸੇ ਲੈ ਹੱਕ 'ਚ ਆਇਆ ਤਾਂ ਸਹੀ ਜੇ ਈਡੀ ਦਾ ਜੇ ਡਰ ਹੋਊਗਾ ਤਾਂ ਕਿਸੇ ਬੇਈਮਾਨ ਨੂੰ ਹੋਊਗਾ ਜਿਨੇ ਕੋਈ ਕਰਾਪਸ਼ਨ ਕੀਤੀ ਹੋਊਗੀ ਜਿਨੇ ਕੋਈ ਠੱਗੀ ਠੋਰੀ ਮਾਰੀ ਹੋਊਗੀ ਮੈਂ ਸਮਝਦਾ ਕਿ ਜਿਹੜੇ ਸਿੰਗਰ ਨੇ ਇਹਨਾਂ ਨੇ ਕਾਦੀਆਂ ਠੱਗੀਆਂ ਮਾਰਨੀਆਂ ਨੇ ਜੇ ਇਹਨਾਂ ਨੂੰ ਕੋਈ ਇਦਾਂ ਦਾ ਡਰ ਹੈ ਤਾਂ ਕੇਵਲ ਤੇ ਕੇਵਲ ਉਹ ਸੈਂਟਰ ਵੱਲੋਂ ਡਰਾਉਣ ਦੀ ਕੋਸ਼ਿਸ਼ ਹੋਊਗੀ ਪਰ ਜਿਹੜੇ ਸੱਚੇ ਦਿਲੋਂ ਮੈਂ ਕਹਿਣਾ ਵੀ ਸਿੰਗਰ ਆ ਕੇ ਉਦੋਂ ਕਿਸਾਨਾਂ ਦੇ ਨਾਲ ਖੜੇ ਸੀ ਜਿਹੜੇ ਸੱਚੇ ਦਿਲ ਲੋਕ ਸੀ ਉਹ ਅੱਜ ਵੀ ਖੜਨਗੇ ਕਿਉਂਕਿ ਇਹਨਾਂ ਨੂੰ ਡਰ ਕਾ ਦਾ ਈਡੀ ਦਾ ਡਰ ਤਾਂ ਕੈਪਟਨ ਮਰਿੰਦਰ ਸਿੰਘ ਨੂੰ ਹੈ ਜਿਨ੍ਹਾਂ ਨੂੰ ਪਤਾ ਹੈ ਵੀ ਸੈਂਟਰ ਨੇ ਮੇਰੀ ਬਾਹਮ ਰੋਡ ਲੈਣੀ ਹੈ ਈੜੀ ਦਾ ਡਰ ਸੁਖਵੀਰ ਸਿੰਘ ਬਾਦਲ ਨੂੰ ਹੈ ਬਿਕਰਮ ਜੀਠੀਏ ਨੂੰ ਹੈ ਆਮ ਲੋਕਾਂ ਨੂੰ ਕਾਹਦਾ ਡਰ ਹੈਗਾ ਕਿਉਂਕਿ ਸੈਂਟਰ ਦਾ ਸਾਨੂੰ ਪਤਾ ਹੈ ਵੀ ਉਹ ਈੜੀ ਦੇ ਡਰ ਨਾਲ ਹੀ ਉਹ ਬਾਹਮ ਰੋਡ ਨਹੀਂ ਉਹਨਾਂ ਨੂੰ ਆਉਂਦੀ ਹੈ ਪਰ ਜਿਹੜੇ ਮੈਂ ਸਮਝਦਾ ਕਿ ਆਮ ਨੌਜਵਾਨ ਨੇ ਚਾਹੇ ਕੋਈ ਸਿੰਗਰ ਹੈ ਜਿਹੜੇ ਮਰਜੀ ਫੀਲਡ 'ਚ ਹੈ ਜਿਨੇ ਕਦੇ ਕੋਈ ਕ腐ਸ਼ਨ ਨਹੀਂ ਕੀਤੀ ਬੇਈਮਾਨੀ ਨਹੀਂ ਕੀਤੀ ਉਹਨਾਂ ਨੂੰ ਡਰਨਾ ਨਹੀਂ ਚਾਹੀਦਾ ਬਾਕੀ ਆਪਾਂ ਨਾਲ ਤਾਂ ਯਾਰ ਜਨਮ ਉਸ ਧਰਤੀ ਤੇ ਹੋਇਆ ਜਿੱਥੇ 23-30 ਸਾਲ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਆਜ਼ਾਦੀ ਦੇਖੀ ਵੀ ਨਹੀਂ ਜਿਨ੍ਹਾਂ ਨੇ ਜਾਨਾਂ ਬਚ ਵੀ ਸਕਦੇ ਸਨ ਨਾ ਫੇਰ ਵੀ ਨਹੀਂ ਪ੍ਰਵਾਹ ਕੀਤੀ ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਤਾਂ ਆਜ਼ਾਦੀ ਮੰਨਣਗੀਆਂ ਸੋ ਸਾਨੂੰ ਨਾ ਐਡਾਂ ਦੀਆਂ ਛੁੱਟੀਆਂ-ਛੁੱਟੀਆਂ ਗੱਲਾਂ ਤੋਂ ਡਰਨਾ ਨਹੀਂ ਚਾਹੀਦਾ ਅਸੀਂ ਸੰਘਰਸ਼ ਕਰਨ ਵਾਲੇ ਲੋਕਾਂ ਸੰਘਰਸ਼ ਕਰਨ ਵਾਲੀ ਧਰਤੀ ਸਾਡਾ ਜਨਮ ਹੋਇਆਗਾ ਆਪਦੇ ਹੱਕਾਂ ਖਾਤਰ ਆਪ ਨਹੀਂ ਲੜਾਂਗੇ ਹੋਰ ਕੌਣ ਲੜੂ ਅਸੀਂ ਤਾਂ ਉਹ ਲੋਕਾਂ ਯਾਰ ਜਿਹੜਾ ਦੂਜਿਆਂ ਦੇ ਖਾਤਰ ਵੀ ਲੜਦੇ ਰਹੇ ਸਾਡੇ ਗੁਰੂਆਂ ਨੇ ਦਿੱਲੀ ਜਾ ਕੇ ਆ ਸਾਡੀ ਖਾਤਰ ਥੋੜੀ ਹਿੰਦੂ ਜਿਹੜੇ ਕਸ਼ਮੀਰੀ ਪੰਡਤ ਸੀ ਉਹਨਾਂ ਦੀ ਖਾਤਰ ਸ਼ੀਦੀ ਦਿੱਤੀ ਅਸੀਂ ਜਿਹੜੇ ਜਦੋਂ ਅਫਦਾਲੀ ਹਰਕੇ ਸਾਡੀਆਂ ਇੱਥੋਂ ਯੂਪੀ ਬਿਹਾਰ ਤੋਂ ਧੀਆਂ ਭੈਣਾਂ ਨੂੰ ਲੈ ਕੇ ਜਾਂਦੇ ਹੁੰਦੇ ਸੀ ਅਸੀਂ ਉਹਨਾਂ ਖਾਤਰ ਵੀ ਲੜਦੇ ਸੀ ਤੇ ਅੱਜ ਤਾਂ ਜਿਹੜਾ ਡਾਕਾ ਸਾਡੀ ਇੱਜ਼ਤ ਤੇ ਪਿਆ ਸਾਡੇ ਤੇ ਪਿਆ ਸੋ ਅੱਜ ਸਾਨੂੰ ਮੈਂ ਕਹਿਣਾ ਕਿ ਸਾਡੇ ਨੌਜਵਾਨਾਂ ਨੂੰ ਲੜਨਾ ਚਾਹੀਦਾ ਤਕੜੇ ਹੋ ਕੇ ਲੜਨਾ ਚਾਹੀਦਾ ਤਾਂ ਲੱਗਦਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਲਗਾਤਾਰ ਬਿੱਲ ਪਾਸ ਕੀਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਕਰਕੇ ਸਾਡਾ ਰੂਰਲ ਡਿਵੈਲਪਮੈਂਟ ਫੰਡ ਵੀ ਰੋਕ ਲਿਆ ਹੈਗਾ ਇਹ ਲੜਾਈ ਲੰਮੀ ਹੈਗੇ ਤੁਹਾਨੂੰ ਲੱਗਦਾ ਕਿ ਸੈਂਟਰ ਚ ਹੁਗਾ ਜਾਂ ਕਿਸਾਨ ਸੜਕਾਂ ਤੇ ਰਹਿਣਗੇ ਤੇ ਟਰੈਕ ਤੇ ਰਹਿਣਗੇ ਜੀ ਦੇਖੋ ਜਿਹੜਾ ਮੈਂ ਸਮਝਦਾ ਕਿ ਇਹ ਮੋਦੀ ਸਰਕਾਰ ਨੇ ਜਿਹੜਾ ਫੈਡਰਲ ਸਟਰਕਚਰ ਹੈ ਉਹਦੇ ਤੇ ਹਮਲਾ ਸਾਡੇ ਪੰਜਾਬ ਦੇ ਜਿਹੜੇ ਅਧਿਕਾਰ ਹੈ ਸਾਡੇ ਉਹਨਾਂ ਤੇ ਹਮਲਾ ਹੈ ਦੇਖੋ ਜਿਹੜਾ ਫੰਡ ਹੈ ਉਹ ਕਿਹਦਾ ਫੰਡ ਹੈ ਉਹ ਕਿਸਾਨਾਂ ਦਾ ਫੰਡ ਹੈ ਜਿਹੜੇ ਰਾਤ ਨੂੰ ਜਾਗ ਜਾ ਕੇ ਆਪਦੀਆਂ ਫਸਲਾਂ ਦੀ ਰਾਖੀ ਕਰਦੇ ਆ ਜਿਹੜੇ ਨਾ ਧੁੱਪਾਂ ਦੇਖਦੇ ਆ ਨਾ ਠੰਡ ਦੇਖਦੇ ਆ ਉਹਨਾਂ ਦਾ ਫੰਡ ਆ ਉਹਨਾਂ ਦੀ ਫਸਲ ਚੋਂ ਕੱਟਿਆ ਜਾਂਦਾ ਤੇ ਲੱਗਣਾ ਵੀ ਉਹਨਾਂ ਤੇ ਹੈਗਾ ਇਹ ਜਿਹੜਾ ਉਹਨਾਂ ਨੇ ਤਾਂ ਬਹਾਨਾ ਜਿਹੜਾ ਲਿਆਗਾ ਵੀ ਭਾਈ ਤੁਸੀਂ ਇਹ ਜਿਹੜੀ ਧੰਦਲੀ ਕੀਤੀ ਹੈ ਇਹਦੇ ਕਰਕੇ ਕਰ ਰਹੇ ਆ ਮੈਂ ਮੰਨਦਾ ਕਿ ਧੰਦਲੀ ਕੀਤੀ ਹੈ ਪਰ ਤੁਸੀਂ ਉਹਦੀ ਸਜ਼ਾ ਪੰਜਾਬ ਦੇ ਲੋਕਾਂ ਨੂੰ ਕਿਉਂ ਦੇ ਰਹੇ ਹੋ ਉਹ ਫੰਡ ਨੂੰ ਮਿਸਯੂਜ਼ ਕੀਤਾ ਬਾਦਲਾਂ ਨੇ ਮਿਸਯੂਜ਼ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਸਜ਼ਾ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਆਹੀਂ ਪਹਿਲਾਂ ਹੋਇਆ ਸਕਾਲਰਸ਼ਿਪ ਦੇ ਪੈਸੇ ਖਾਦੇ ਮੰਤਰੀਆਂ ਨੇ ਖਾਦੇ ਇਹਨਾਂ ਦੇ ਅਫਸਰਾਂ ਨੇ ਤੇ ਸਜ਼ਾ ਕਿਹਨੂੰ ਮਿਲੀ ਪੰਜਾਬ ਦੇ ਲੱਖਾਂ ਐਸਸੀ ਬੱਚਿਆਂ ਨੂੰ ਉਹ ਪੜ੍ਹਾਈ ਕੰਨੀ ਰਹਿ ਗਈ ਉਹੀ ਕੁਛ ਅੱਜ ਹੋ ਰਿਹਾ ਜੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਉਹ ਫੰਡ ਜਿਨ੍ਹਾਂ ਨੂੰ ਸੁਖਵੀਰ ਸਿੰਘ ਕਹਿੰਦੇ ਰਹੇ ਵੀ ਟਰਾਲੀਆਂ ਭਰ-ਭਰ ਕੇ ਆ ਰਹੇ ਆ ਉਹਨਾਂ ਨੂੰ ਮਿਸਯੂਜ਼ ਆ ਆਪਦੇ ਜਥੇਦਾਰ ਬਿਠਾ ਕੇ ਆਪਦੇ ਸਰਪੰਚੇ ਬਿਠਾ ਕੇ ਕਰੋੜਾਂ ਰੁਪਏ ਪਿੰਡਾਂ ਨੂੰ ਦਿੰਦੇ ਰਹੇ ਉਹਨਾਂ ਤੋਂ ਲੱਖਾਂ ਵੀ ਨਹੀਂ ਲੱਗੇ ਪਿੰਡਾਂ ਤੇ ਜਿਨ੍ਹਾਂ ਨੂੰ ਕਰੋੜਾ ਦਿੱਤਾ ਉਹਨਾਂ ਦੀ ਤੁਸੀਂ ਜਾਂਚ ਕਰਵਾਓ ਸੈਂਟਰ ਸਰਕਾਰ ਜਾਂਚ ਕਰਵਾਵੇ ਸਿਟਿੰਗ ਸਿਟਿੰਗ ਜਾਂਚ ਤੋਂ ਕਰਵਾ ਲਓ ਪਤਾ ਕਰੋ ਵੀ ਉਹ ਪੈਸੇ ਕਿੱਥੇ ਲੱਗੇ ਕਿੱਥੇ ਉਹਨਾਂ ਦੀ ਜਿਹੜੀ ਗਲਤੀ ਮਿਸਯੂਜ਼ ਹੋਈ ਪਰ ਉਹਨਾਂ ਦੀ ਸਜ਼ਾ ਉਹਨਾਂ ਨੂੰ ਦਿਓ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੂੰ ਕੀ ਦਿੰਨੇ ਹੋ ਯਾਰ 750 ਕਰੋੜ ਰੁਪਏ ਤੁਸੀਂ ਕੱਟ ਲਿਆ ਸੋ ਇਹਦੇ ਰਾਹੀਂ ਨਾ ਨਲੈਕੀ ਤਾਂ ਇਹਨਾਂ ਨੇ ਕੀਤੀ ਪਰ ਇਹਨਾਂ ਦੀ ਨਲੈਕੀ ਰਾਹੀਂ ਉਹਨਾਂ ਨੂੰ ਮੌਕਾ ਮਿਲ ਰਿਹਾ ਜਿਹੜ ਉਹ ਜਿਹੜੇ ਲੈ ਕੇ ਆਏ ਆ ਪੰਜਾਬ ਵਿਰੋਧੀ ਖੇਤੀ ਵਿਰੋਧੀ ਉਹਨਾਂ ਦੀ ਪੰਜਾਬ ਦੇ ਵਿੱਚ ਨੀਂ ਰੱਖਣ ਦਾ ਇਹ ਜਿਹੜੇ ਉਹਨਾਂ ਨੇ ਆ ਨਾ ਇਹ ਪੰਜਾਬ ਚ ਨੀਂ ਰੱਖੀ ਆ ਜਿਹੜਾ 1750 ਕਰੋੜ ਰੁਪਇਆ ਪੰਜਾਬ ਦਾ ਰੂਰਲ ਡਵੈਲਪਮੈਂਟ ਫੰਡ ਆ ਜਿਹੜਾ ਉਹ ਬੰਦ ਕਰਕੇ ਮੀਤ ਜਿਹੜਾ ਕਾਲੀ ਦਿਲ ਦਾ ਯੂਥ ਢਾਂਚਾ ਉਹ ਵੀ ਤੁਸੀਂ ਦੇਖਿਆ ਕਾਂਗਰਸ ਦਾ ਢਾਂਚਾ ਵੀ ਯੂਥ ਦਾ ਉਹ ਵੀ ਦੇਖਿਆ ਜਿਹਦੇ ਚ ਬਰਿੰਦਰ ਢੀਲੋ ਗਵਾਈ ਕਰੇ ਦੂਜੇ ਪਾਸੇ ਪਰਮਬੰਸ ਬੰਟੀ ਰਮਾਣਾ ਕਰੇ ਟਾਡਾ ਯੂਥ ਟਾਂਚਾ ਕਿਹੋ ਜਿਹਾ ਹੋ ਜਾਊਗਾ ਤੁਹਾਡਾ ਯੂਥ ਦਾ ਚਿਹਰਾ ਕਿਹੋ ਜਿਹਾ ਹੋ ਜਾਊਗਾ ਕਿੱਦਾਂ ਦੇ ਹੋਣਗੇ ਯੂਥ ਉਹਨਾਂ ਵਰਗੇ ਕਿ ਡਿਫਰੈਂਟ ਹੋਏਗਾ ਮੈਂ ਤੁਹਾਨੂੰ ਜਗਤਾਰਜੀ ਪਹਿਲਾਂ ਵੀ ਕਹਿ ਕੇ ਚੁੱਕਿਆ ਕਿ ਸਾਡਾ ਯੂਥ ਉਹ ਹੈ ਜਿਹੜਾ ਆਮ ਕਰਦਾ ਧੀ ਪੁੱਤ ਜਿਹੜਾ ਪੰਜਾਬ ਦੇ ਦਰਦ ਨੂੰ ਸਮਝਦਾ ਜਿਹੜਾ ਇਹ ਸਮਝਦਾ ਜਿਹੜਾ ਬੜਾ ਅਵੇਅਰ ਹੈ ਵੀ ਇਹਨਾਂ ਨੇ ਕਿਸ ਤਰ੍ਹਾਂ ਜਿਹੜੀ ਪੰਜਾਬ ਦੀ ਲੁੱਟ ਕੀਤੀ ਹੈ ਜਿਹੜਾ ਅੱਜ ਧਰਨਿਆਂ 'ਚ ਵੀ ਬੈਠਾ ਨਾ ਜਿਹੜੀ ਲੜਾਈ ਲੜ ਰਿਹਾ ਉਹ ਸਾਡਾ ਯੂਥ ਹੈ ਉਹ ਸਾਡੇ ਯੂਥ ਦਾ ਚਿਹਰਾ ਚਾਹੇ ਉਹ ਕਿਸਾਨ ਚਾਹੇ ਉਹ ਕਿਸੇ ਵੀ ਉਹਦੇ ਨਾਲ ਵਪਾਰੀ ਆ ਚਾਹੇ ਉਹ ਵਕੀਲ ਆ ਚਾਹੇ ਉਹ ਡਾਕਟਰ ਆ ਕਿਸੇ ਵੀ ਪ੍ਰੋਫੈਸ਼ਨ ਨਾਲ ਜੁੜਿਆ ਹੋਇਆ ਜਿਹੜਾ ਦੋਨੇ ਰਵਾਇਤੀ ਪਾਰਟੀਆਂ ਦੀ ਲੁੱਟ ਤੋਂ ਦੁਖੀ ਆ ਜਿਹੜਾ ਦੋਨੇ ਰਵਾਇਤੀ ਪਾਰਟੀਆਂ ਦੀ ਇਸ ਚੀਜ਼ ਨੂੰ ਸਮਝਦਾ ਵੀ ਇਹਨਾਂ ਨੇ ਪੰਜਾਬ ਨੂੰ ਤਹਸ ਨਸ ਕਿਸ ਤਰ੍ਹਾਂ ਕੀਤਾ ਉਹ ਸਾਡੇ ਯੂਥ ਦਾ ਚਿਹਰਾ ਤੇ ਉਹਨੂੰ ਮੈਂ ਪਹਿਲਾਂ ਵੀ ਤੁਹਾਡੇ ਰਾਹੀਂ ਅਪੀਲ ਕਰ ਚੁੱਕਿਆ ਹੁਣ ਵੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸਾਡੇ ਆਪ ਦੇ ਜਿੰਨਾ ਟਾਈਮ ਅਸੀਂ ਆਪ ਗਰਾਊਂਡ ਤੇ ਨਹੀਂ ਆਉਂਦੇ ਆਪ ਲੜਾਈ ਨਹੀਂ ਲੜਦੇ ਇਹ ਵੱਡੀਆਂ ਜਿਹੜੇ ਰੈਲੀਆਂ ਕਰਨ ਵਾਲੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਇਹਨਾਂ ਨੇ ਕਦੇ ਤੁਸੀਂ ਜਿੰਨੇ ਅਸੀਂ ਮਰਜ਼ੀ ਨੌਕਰੀਆਂ ਮੰਗੀ ਜਾਈਏ ਨੌਕਰੀਆਂ ਦੇਣੀਆਂ ਜਿੰਨਾ ਹੀ ਮਰਜ਼ੀ ਕਹੀ ਜਾਣ ਵੀ ਅਸੀਂ ਕ腐ਪਸ਼ਨ ਖਤਮ ਕਰਦੀਆਂਗੇ ਉਹ ਨਹੀਂ ਹੋਣੀ ਇਸੇ ਤਰ੍ਹਾਂ ਇਹਨਾਂ ਨੇ ਲੁੱਟਣਾ ਜੇ ਦਵਾਰਾਗੇ ਸੋ ਸਾਨੂੰ ਲੜਾਈ ਆਪ ਨੂੰ ਲੜਨੀ ਪੈਣੀ ਆ ਆਪ ਨੂੰ ਅੱਗੇ ਆ ਕੇ ਆਪ ਨੂੰ ਵਿਧਾਨ ਸਭਾ ਦੇ ਵਿੱਚ ਪਹੁੰਚਣਾ ਪੈਣਾ ਆਪ ਨੂੰ ਸਾਨੂੰ ਕਿਸਾਨਾਂ ਦੇ ਲਈ ਆਪ ਨੂੰ ਸਾਨੂੰ ਅਸੀਂ ਨੌਜਵਾਨਾਂ ਦੇ ਲਈ ਜਿਹੜੀਆਂ ਪਾਲਿਸੀਜ਼ ਆ ਪੰਜਾਬ ਨੂੰ ਅੱਗੇ ਲੈ ਜਾਣ ਦੇ ਲਈ ਇਹ ਸਾਨੂੰ ਆਪ ਨੂੰ ਬਣਾਉਣੀਆਂ ਪੈਣੀਆਂ ਅੱਛਾ ਕੀ ਗੱਲ ਆਮ ਆਦਮੀ ਪਾਰਟੀ ਨੇ ਸਿਰਫ ਮਾਲਵੇ ਤੇ ਕਿਉਂ ਫੋਕਸ ਕਰ ਲਿਆ ਹੈਗਾ ਜੇ ਪਾਰਟੀ ਪ੍ਰੈਜ਼ੀਡੈਂਟ ਮਾਲਵੇ ਤੋਂ ਜੇ ਜੂਥ ਪ੍ਰੈਜ਼ੀਡੈਂਟ ਹੈ ਮਾਲਵੇ ਤੋਂ ਜੇ ਵਿਰੋਧੀ ਧਿਰ ਦਾ ਨੇਤਾ ਉਹ ਮਾਲਵੇ ਤੋਂ ਜੇ ਓਪਨ ਨੇਤਾ ਉਹ ਵੀ ਮਾਲਵੇ ਤੋਂ ਕਿ ਮਾਝਾ ਦਵਾਬੇ ਦੇ ਵਿੱਚ ਫੋਕਸ ਨਹੀਂ ਹੈਗਾ 100% ਫੋਕਸ ਆ ਅਸੀਂ ਜਿਹੜੇ ਮੇਰੇ ਨਾਲ ਤਿੰਨ ਸਾਥੀ ਲੱਗੇ ਆ ਮਾਲਵਾ ਏਡਾ ਵੱਡਾ 69 ਸੀਟਾਂ ਨੇ ਉੱਥੋਂ ਇੱਕ ਹੈ ਦਵਾਬੇ ਚ 23 ਸੀਟਾਂ ਨੇ ਉੱਥੋਂ ਵੀ ਇੱਕ ਹੈ ਮਾਝੇ 23 ਸੀਟਾਂ ਨੇ ਉੱਥੋਂ ਵੀ ਇੱਕ ਹੈ ਅਸੀਂ ਸਾਰੇ ਕਿਤੋਂ ਜਿਹੜੇ ਆ ਉਹ ਲੈ ਰਹੇ ਆ ਕਿਉਂਕਿ ਉੱਥੇ ਸਾਡੇ ਕੋਲੇ ਜਿਹੜੇ ਆ ਲੀਡਰ ਆਫ oppositon ਵਿਧਾਇਕਾਂ ਚੋਂ ਬੰਨਾ ਵਿਧਾਇਕ ਸਾਡੇ ਕੋਲੇ ਹੈਗੇ ਹੀ ਜ਼ਿਆਦਾ ਨੇ ਜਿਹੜੇ ਮਾਲਵੇਚ ਹੋਣੇ ਹਨ ਤੇ ਜਿਹੜੇ ਪਾਰਟੀ ਦਾ ਸਾਡੀ ਦਾ ਜਿਹੜਾ ਮੈਂ ਕਹਣਾ ਤੁਰਾ ਉਹ ਸੰਗਰੂਰ ਆ ਉਹ ਮੈਂਬਰ ਪਾਰਲੀਮੈਂਟ ਨੇ ਜਿਹੜੇ ਸਾਡੇ ਭਗਵੰਤ ਸਿੰਘ ਮਾਨ ਜੀ ਹਨ ਉਹਨਾਂ ਨੇ ਜਿਹੜਾ ਸੁਭਾਅਕ ਹੈ ਜਿਹੜਾ ਉਹਨਾਂ ਦਾ ਸੋ ਐਸੀ ਗੱਲ ਨਹੀਂ ਅਸੀਂ ਮਾਝੇ ਦਬਾਬੇ ਚ ਵੀ ਜਿਹੜੇ ਸਾਡੇ ਨਾਲ ਜਿਹੜਾ ਬਹੁਤ ਵਧੀਆ ਹੰਗਾਰਾ ਹੈਗਾ ਉੱਥੋਂ ਵੀ ਜਿਹੜੇ ਬੜੇ ਨੌਜਵਾਨ ਅਜ ਆਮ ਆਦਮੀ ਪਾਰਟੀ ਚ ਜੁਆਇਨ ਹੋ ਵੀ ਰਹੇ ਆ ਤੇ ਹੁਣ ਆਲੇ ਸਮੇਂ 'ਚ ਵੀ ਜਿਹੜਾ ਹੋਣਗੇ ਰਿਪਰੈਜ਼ੈਂਟੇਸ਼ਨ ਆ ਜਿਹੜੀ ਸਾਰੇ ਜਿਹੜੇ ਹਲਕੇ ਆ ਜਿਹੜੇ ਏਰੀਆ ਆ ਉਹਨਾਂ ਦੀ ਬਰਾਬਰ ਹੋਊਗੀ ਅੱਛਾ ਕਿਉਂਕਿ ਜਿਹੜੇ ਹੁਣ ਤਾਂ ਇਸ ਟਾਈਮ ਵਿਧਾਇਕ ਜਿਹੜੇ 2017 ਦੇ ਵਿੱਚ ਮੋਸਟਲੀ ਨੌਜਵਾਨ ਸਾਰੇ 40 ਤੋਂ ਥੱਲੇ ਥੱਲੇ ਹੀ ਆ ਜੀ 22 ਆ ਗਈ ਨੇੜੇ ਗਿਣਤੀ ਵਧੇਗੀ ਜਿਹੜੇ ਪਿਛਲੀ ਵਾਰ ਵਾਲੇ ਹੋ ਸਕਦਾ 40 ਤੋਂ ਟੱਪ ਜਾਣ ਪਰ ਐਤ ਕੀ ਬੜੇ ਮੈਂ ਕਹਿੰਨਾ 40 ਕੀ ਮੈਂ ਤਾਂ ਕਹਿੰਨਾ 30 ਤੋਂ ਥੱਲੇ ਨੂੰ ਮੌਕਾ ਮਿਲਣਾ ਚਾਹੀਦਾ ਮੈਂ ਜਦੋਂ ਐਮਐਲਏ ਬਣਿਆ ਸੀ 27 ਸਾਲਾਂ ਦਾ ਸੀਗਾ ਹਣਾ ਅਗਲੀ ਵਾਰ ਜਦੋਂ ਇਲੈਕਸ਼ਨ ਲੜੂਗਾ ਮੈਂ ਅਗਲੇ ਸਾਲ 32 ਸਾਲਾਂ ਦਾ ਹੋਊਗਾ ਮੈਂ ਤਾਂ ਕਹਿਣਾ 30 ਤੋਂ ਵੀ ਥੱਲੇ ਮੌਕਾ ਮਿਲੇ ਜੀ ਚ ਕੈਪੇਬਿਲਿਟੀ ਹੈ ਜਿਹੜਾ ਲੜਾਈ ਲੜ ਸਕਦਾ ਉਹਦੀ ਸਰਕਾਰ ਨੇ ਜਦੋਂ ਕਾਨੂੰਨ ਮੁਤਾਬਕ ਸਾਡੇ ਸੰਵਿਧਾਨ ਮੁਤਾਬਕ ਘੱਟੋ ਘੱਟ 25 ਸਾਲ ਉਮਰ ਹੈ ਜਿਹੜਾ 25 ਤੋਂ ਉੱਪਰ ਲੜਾਈ ਲੜ ਸਕਦਾ ਚਾਹੀਏ 25 ਦਾ ਹੀ ਹੋਵੇ ਸਾਡੇ ਦਿੱਲੀ ਚ ਪ੍ਰਕਾਸ਼ ਜਰਵਾਲ ਜੀ ਹੈ ਉਹ 25 ਸਾਲ ਦੀ ਉਮਰ ਚ ਜਿੱਦਨ ਕਾगज ਭਰੇ ਉਦੋਂ ਇੱਕ ਦਿਨ ਪਹਿਲਾਂ 25 ਦਾ ਹੋਇਆ ਸੀ ਤੀਜੀ ਵਾਰੀ ਐਮਐਲਏ ਅੱਜ ਦਿੱਲੀ ਦੇ ਵਿੱਚ ਹਨਾ ਬੂਟਾ ਸਿੰਘ ਏਡੇ ਵੱਡੇ ਲੀਡਰ ਸੀ ਉਹਨਾਂ ਨੂੰ ਹਰਾਇਆ ਸੋ ਪੰਜਾਬ ਚ ਵੀ ਜਿਹੜੀ ਹੈ ਜਿਹੜੀ بڑے ਨੌਜਵਾਨਾਂ ਨੂੰ ਜਿਹੜਾ ਮੌਕਾ ਮਿਲੂਗਾ ਤੇ ਪੰਜਾਬ ਦੀ ਵਿਧਾਨ ਸਭਾ ਚ 2022 ਚ ਝਾੜੂ ਦੇ ਚੋਣਾਂ ਸ਼ਾਂਤੇ ਵੱਡੀ ਗਿਣਤੀ ਚ ਜਿਹੜੇ ਨੌਜਵਾਨ ਪੂਰੇ ਪੰਜਾਬ ਚੋਂ ਭਾਵੇਂ ਮਾਝਾ ਭਾਵੇਂ ਦਬਾਬਾ ਪਾਵੇਂ ਉਹ ਮਾਲਵਾ ਆਮ ਘਰਾਂ ਦੇ ਧੀਆ ਪੁੱਤ ਪੰਜਾਬ ਦੀ ਵਿਧਾਨ ਸਭਾ ਦੀਆਂ ਪੌੜੀਆਂ ਚੜਨਗੇ ਚਲ ਬਾਬਾ ਮਿਹਰਬਾਨੀ ਥੈਂਕ ਯੂ ਥੈਂਕ ਯੂ ਇਸਨ ਆਮ ਆਦੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਮੀਤੇਰ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਪਾਰਟੀ ਦਾ ਯੂਥ ਚਿਹਰਾ ਹੋਏਗਾ ਉਹ ਆਮ ਘਰਾਂ ਦੇ ਧੀਆ ਪੁੱਤਾਂ ਦਾ ਹੋਏਗਾ ਉਹ ਜਿੱਤੋਂ ਤੱਕ 2022 ਦਾ ਸਵਾਲ ਆ ਬਹੁਤ ਸਾਰੇ ਜਿਹੜੇ ਆਮ ਆਦੀ ਪਾਰਟੀ ਦੇ ਉਹ ਯੂਥ ਚਿਹਰੇ ਵਿਧਾਨ ਸਭਾ ਦੀਆਂ ਪੌੜੀਆਂ ਚੜਨਗੇ